ਪਰੀ ਸਿਰ ਸਜਿਆ ਕਰਵਾ ਕੁਈਨ ਦਾ ਤਾਜ। ਸੰਗਨੀ ਕਲੱਬ ਦੇ ਗੁਰਨਾਜ ਫਿਟਨੈਸ ਅਤੇ ਡਾਂਸ ਅਕੈਡਮੀ ਵੱਲੋਂ ਫਿਰੋਜ਼ਪੁਰ ਰੋਡ ਸਥਿਤ ਹੋਟਲ ਨਾਗਪਾਲ ਏਜੰਸੀ ਵਿਖੇ ਕਰਵਾ ਚੌਥ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਮੁਕਾਬਲੇਬਾਜ਼ਾਂ ਨੂੰ ਪਰਖਣ ਲਈ ਏਂਜਲਾ ਮੇਕਓਵਰ ਸਟੂਡੀਓ ਦੀ ਮੁੱਖ ਪ੍ਰਬੰਧਕ ਅੰਜਲੀ ਬੱਤਰਾ ਅਤੇ ਮਿਸਿਜ ਰਿਲੀਜੀਅਸ ਪੰਜਾਬ 2018 ਗੁਰਲੀਨ ਕੌਰ ਬਤੌਰ ਜੱਜ ਸ਼ਾਮਲ ਹੋਏ। ਐਂਕਰਿੰਗ ਦੀ ਭੂਮਿਕਾ ਸੰਦੀਪ ਕੌਰ ਨੇ ਨਿਭਾਈ। ਸਮਾਗਮ ਵਿੱਚ ਜਿੱਥੇ ਫਨ ਗੇਮਸ ਮਸਤੀ ਅਤੇ ਤੰਬੋਲਾ ਖੇਡਿਆ ਗਿਆ, ਉੱਥੇ ਸਭ ਮੁਟਿਆਰਾਂ ਮਹਿੰਦੀ ਲਗਾ ਕੇ, ਹੱਥਾਂ 'ਚ ਚੂੜੀਆਂ ਪਾ ਕੇ ਅਤੇ ਮੱਥੇ 'ਤੇ ਟਿੱਕਾ ਸਜਾ ਕੇ ਪੁੱਜੀਆਂ। ਇਸ ਮੌਕੇ ਪੰਜਾਬੀ ਅਤੇ ਹਿੰਦੀ ਗੀਤਾਂ ਅਤੇ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਉੱਥੇ ਨਾਲ ਹੀ ਤੰਬੋਲਾ ਵੀ ਖੇਡਿਆ ਗਿਆ ਅਤੇ ਸਭ ਮੈਂਬਰਾਂ ਨੇ ਫਨ ਗੇਮਸ ਦਾ ਆਨੰਦ ਮਾਣਿਆ। ਹੈਲੋ, ਮਾਈਸੈਲਫ ਕਿਰਨ, ਆਈ ਗੋਟ ਦ ਟੈਗ ਆਫ ਬੈਸਟ ਪਰਸਨੈਲਿਟੀ ਐਂਡ ਦ ਸੈਲੀਬ੍ਰੇਸ਼ਨ ਵਾਸ ਵੈਰੀ ਵੈਰੀ ਔਸਮ, ਵੀ ਇੰਜੋਇਡ ਅ ਲੋਟ। ਹਾਂਜੀ, ਹੈਲੋ ਟੂ ਆਲ। ਅੱਜ ਅਸੀਂ ਸਭ ਲੇਡੀਜ਼ ਨੇ ਰਲ ਕੇ ਇੱਥੇ ਕਰਵਾ ਚੌਥ ਮਨਾਇਆ ਗਿਆ ਹੈ, ਜਿਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਗੇਮਸ, ਕੈਟਵਾਕ ਰਾਊਂਡ, ਅਲੱਗ ਅਲੱਗ ਟਾਈਟਲ ਦਿੱਤੇ ਗਏ। ਲੇਡੀਜ਼ ਨੇ ਬਹੁਤ ਉਤਸ਼ਾਹ ਨਾਲ ਅੱਗੇ ਆ ਕੇ ਗੇਮਸ ਵਿੱਚ ਪਾਰਟ ਲਿੱਤਾ। ਘਰੋਂ ਜਿਵੇਂ ਸੱਜ ਤੱਜ ਕੇ ਸਾਰੇ ਅੱਜ ਇਸ ਮੌਕੇ ਤੇ ਪਾਏ, ਸਾਨੂੰ ਬੜੀ ਖੁਸ਼ੀ ਹੈ ਇੱਥੇ ਆ ਕੇ ਕਿ ਮੈਂਬਰ ਨੇ ਇੰਨੇ ਜੋਸ਼ ਤੇ ਉਤਸ਼ਾਹ ਨਾਲ ਜਿਵੇਂ ਮਨਾਇਆ ਕਰਵਾ ਚੌਥ, ਤੇ ਕਾਫੀ ਪ੍ਰਾਈਜ਼ ਜਿਹੜੇ ਸਾਡੇ ਉੱਥੇ ਦਿੱਤੇ ਗਏ ਸਾਰੇ ਵਿਨਰਸ ਨੂੰ, ਤੇ ਅਲੱਗ ਅਲੱਗ ਲੇਡੀਜ਼ ਨੂੰ ਅਸੀਂ ਕੰਗਰੈਚੁਲੇਟ ਕਰਨਾ ਚਾਹੁੰਦੇ ਹਾਂ। ਤੇ ਅਸੀਂ ਬਾਕੀਆਂ ਨੂੰ ਵੀ ਚਾਹੁੰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਈਵੈਂਟਸ ਵਿੱਚ ਅੱਗੇ ਆਉਣ ਤੇ ਇਹਦਾ ਹਿੱਸਾ ਲੈਣ, ਤੇ ਅਸੀਂ ਲੁਧਿਆਣਾ ਦੀ ਲੇਡੀਜ਼ ਨੂੰ ਇੱਕ ਪਲੇਟਫਾਰਮ ਦੇ ਰਿਹਾ ਕਿ ਉਹ ਇਸ ਤਰ੍ਹਾਂ ਦੇ ਈਵੈਂਟਸ ਅੱਗੇ ਆ ਕੇ ਘਰ ਤੋਂ ਬਾਹਰ ਨਿਕਲ ਕੇ ਇਸ ਤਰ੍ਹਾਂ ਆਪਣੀ ਇੱਕ ਆਈਡੈਂਟੀ ਬਣਾਉਣ ਤੇ ਇੱਕ ਪਹਿਚਾਣ ਅੱਗੇ ਲਿਆ। ਫਰੈਂਡਸ, ਮੈਂ ਪਿੰਕੀ ਖੁਰਾਨਾ ਅੱਜ ਇੱਥੇ ਕਰਵਾ ਚੌਥ ਲਈ ਆਈ ਹਾਂ। ਮੈਨੂੰ ਇੱਥੇ ਬਹੁਤ ਅੱਛਾ ਲੱਗਿਆ ਆ ਕੇ, ਇੱਥੇ ਬਹੁਤ ਸਾਰੀਆਂ ਗੇਮਸ, ਕੈਟਵਾਕ ਸਭ ਕੁਝ ਖਿਲਾਇਆ। ਮੈਂ ਇੱਥੇ ਫਸਟ ਰਨਰ ਅਪ ਆਈ ਹਾਂ, ਮੈਨੂੰ ਬਹੁਤ ਇੱਥੇ ਵਧੀਆ ਲੱਗਿਆ। ਮਾਈਸੈਲਫ ਪਰੀ ਸਰਨਾ, ਅਸੀਂ ਇੱਥੇ ਸਭ ਲੇਡੀਜ਼ ਨੇ ਅੱਜ ਰਲ ਕੇ ਕਰਵਾ ਚੌਥ ਦਾ ਸੈਲੀਬ੍ਰੇਸ਼ਨ ਕੀਤਾ, ਔਰ ਮੈਂ ਅੱਜ ਬਹੁਤ ਖੁਸ਼ ਹਾਂ। ਇੱਥੇ ਮੈਂ ਇੱਥੇ ਅੱਜ ਐਜ਼ ਏ ਕਰਵਾ ਕੁਈਨ ਸਿਲੈਕਟ ਕੀਤੀ ਗਈ, ਔਰ ਮੈਂ ਚਾਹੁੰਦੀ ਹਾਂ ਕਿ ਸਾਰੀਆਂ ਲੇਡੀਜ਼ ਨੂੰ ਘਰ ਤੋਂ ਬਾਹਰ ਆ ਕੇ ਅੱਗੇ ਆਉਣ ਦਾ ਮੌਕਾ ਮਿਲਦਾ ਹੈ, ਅਤੇ ਆਪਣੀ ਫੈਮਿਲੀ, ਸਾਰੀ ਫੈਮਿਲੀਜ਼ ਨੂੰ ਸਪੋਰਟ ਕਰਨਾ ਚਾਹੀਦਾ ਤਾਂ ਕਿ ਲੇਡੀਜ਼ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਲਵਵੀਰ ਕੌਰ। ਮੈਂ ਨਾਗਪਾਲ ਏਜੰਸੀ ਵਿੱਚ ਇੱਕ ਕਰਵਾ ਚੌਥ ਦਾ ਈਵੈਂਟ ਆਰਗੇਨਾਈਜ਼ ਕੀਤਾ। ਵੈਸੇ ਮੈਂ ਡਾਂਸ ਦੀ ਕੋਰੀਓਗ੍ਰਾਫਰ ਹੈਗੀ ਹਾਂ, ਅਤੇ ਮੈਂ ਇੱਥੇ ਕੋਸ਼ਿਸ਼ ਕੀਤੀ ਕਿ ਮੇਰਾ ਜੋ ਈਵੈਂਟ ਹੋਇਆ ਇਹ ਬਹੁਤ ਵਧੀਆ ਹੋਵੇ, ਔਰ ਬਹੁਤ ਵਧੀਆ ਵੀ ਹੋਇਆ। ਅਤੇ ਇੱਥੇ ਜਿੰਨੀ ਵੀ ਲੇਡੀਜ਼ ਆਈ ਆ, ਸਭ ਨੇ ਕੈਟਵਾਕ ਕੀਤੀ ਹੈ, ਸਭ ਨੇ ਗੇਮਸ ਖੇਡੀਆਂ ਨੇ, ਔਰ ਕਿੰਨੀ ਸਾਰੀ ਪ੍ਰਾਈਜ਼ ਵੀ ਲੈ ਕੇ ਗਈਆਂ ਨੇ। ਮੈਂ ਅੱਗੇ ਤੋਂ ਉਮੀਦ ਕਰਦੀ ਹਾਂ ਕਿ ਮੇਰਾ ਜੋ ਈਵੈਂਟ ਹੈਗਾ ਹੋਰ ਵੱਧ ਤੋਂ ਵੱਧ ਫੈਲੇ ਔਰ ਲੋਕਾਂ ਨੂੰ ਪਤਾ ਚੱਲੇ, ਤਾਂ ਕਿ ਜਿੰਨੀਆਂ ਵੀ ਲੇਡੀਜ਼ ਨੇ ਆਪਣੇ ਆਪਣੇ ਐਕਸਪੋਜ਼ ਕਰਨ, ਜਿੰਨੀਆਂ ਘਰ ਬੈਠੀਆਂ ਹੋਈਆਂ ਨੇ, ਸਾਰੀਆਂ ਆਪਣੇ ਆਪਣੇ ਐਕਸਪੋਜ਼ ਕਰਨ ਔਰ ਵੱਧ ਚੜ੍ਹ ਕੇ ਹਰ ਚੀਜ਼ ਵਿੱਚ ਹਿੱਸਾ ਲੈਣ ਔਰ ਆਪਣੀ ਇੱਕ ਆਪਣੀ ਜੋ ਪਹਿਚਾਨ ਬਣਾਉਣ ਆਪਣੀ। ਥੈਂਕ ਯੂ ਸੋ ਮਚ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ ਫੌਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।